ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਪਹੁੰਚੇ ਹਾਂ ਜੀ ਪਿੰਡ ਪੰਜੋਲੀ ਮਾਮਾ ਜੀ ਉਹਨੇ ਕੋਲੋਂ, ਜਿੱਥੇ ਆਪਾਂ ਨੇ ਮਸ਼ੀਨ ਦਾ ਟਾਇਰ ਦੇਖਿਆ ਤਾ, ਝੋਨਾ ਲਾ ਰਹੀ ਸੀ ਮਸ਼ੀਨ, ਅਤੇ ਪਿੱਛੇ ਨਾ ਪਨੀਰੀ ਬੀਜੀ ਵੀ ਹੈ ਉਹਨਾਂ 'ਤੇ, ਜਿਹੜਾ ਆਪਾਂ ਬੈੱਡਾਂ ਵਾਲਾ ਕਹਿ ਦਿੰਦੇ। ਅਤੇ ਅੱਜ ਹੁਣ ਪਨੀਰੀ ਲੈਣ ਵਾਸਤੇ ਪਹੁੰਚੇ ਹਾਂ, ਟਰੈਕਟਰ ਟਰਾਲੀ ਆਪਾਂ ਲਿਆ ਇੱਧਰ, ਉਹ ਖੁਸ਼ਪ੍ਰੀਤ ਮਾਮਾ ਜੀ ਉਹਨਾਂ ਨਾਲ ਚਲਾ ਕੇ ਦੇਖ ਟਾਪ ਪਹਿਲਾਂ ਆਈ, ਇਹ ਤਾਂ ਬਾਅਦ ਸ਼ਾਮ ਤੱਕ 50 ਕਿੱਲੇ ਜਿਹੜੇ ਦਾ ਉਹਨਾਂ ਨੂੰ ਦਿੱਤਾ। ਪੂਰੇ ਲੀਵਰ ਥੱਲੇ ਛੱਡੇ ਪਿਆ, ਕਹਿੰਦਾ ਕੋਈ ਫਰਕ ਨਹੀਂ। ਹਾਂਜੀ ਡੀਜ਼ਲ ਖਰਚਾ ਘੱਟ ਹੈ ਦੂਏ 50-20 ਨਾਲ ਤੇ, ਹੈ ਨਾ ਦੂਜੇ ਨਾਲ ਬਹੁਤ ਘੱਟ ਹੈ, ਦੂਏ ਨਾਲ ਤੇ ਸਪੀਡਾਂ 'ਚ ਵੀ ਫਰਕ ਹੈ ਮਾਮਾ। ਹਾਂ ਲੈ ਤਾਂ ਭੰਬੀਰੀ ਬਣਿਆ ਫਿਰ ਤਾਂ ਇੱਥੇ, ਜੇ ਇੰਨੇ ਪੈਸੇ ਲਾ ਕੇ ਹੁਣ ਵੀ ਆਵਾਜ਼ ਬਦਲੀ ਹੋਈ ਬਸ ਫਿਰ ਤਾਂ ਪਾਵਰ ਲਾਏ ਤੇ ਹੋਰ ਭੱਜਦਾ ਨਾ, ਆ ਗੇਅਰ ਕੱਟ ਦੇ ਨਾ, ਗੇਅਰ ਉਰੇ ਲੱਗਦਾ ਇਹਦਾ ਨਾ, ਕੱਟ ਹੁੰਦਾ ਕਿ ਨਾ, ਉਰੇ ਕੱਟ ਹੁੰਦਾ ਮੂਲੇ, ਇਹ ਫਿਰ ਗਲਤ ਥੜਾ ਹੈ ਉੱਤਰ, ਹੈਨਾ ਮੈਂ ਆਪ ਉਹੀ ਦੇਖਿਆ, ਜੇ ਸਾਡੇ ਕੋਲ ਹੁੰਦਾ ਅਸੀਂ ਕੱਦਾ ਵੱਢ ਕੇ ਛੋਟਾ ਕਰ ਦਿੰਦੇ। ਹਾਂ ਲੀ ਫਿਰ ਅੱਛਾ, ਇਹ ਤਾਂ ਸਵਰਾਜ ਮੰਗ ਹੈ, ਸਵਰਾਜ ਦਾ ਵੀ ਆਇਓ ਪੈਂਦਾ ਪਿੱਛੇ ਨੂੰ, ਜਮਾ ਹੀ ਨਹੀਂ ਮੁੜਦਾ ਮੜਦਾ ਹੈਗਾ ਚੱਕਰ, ਮੋੜਦਾ ਹੀ ਇਹ ਵੀ ਚੱਲ ਗਿਆ, ਮੈਨੂੰ ਲੱਗਦਾ ਕਿੰਨਾ 300 350 ਚੱਲ ਗਿਆ, ਮੈਂ ਤਾਂ ਲਿਆ ਉੱਥੇ ਚਲਾ ਕੇ ਦੇਖ, ਦੂਏ ਲੋਡ ਰੂਟਾਵੀਟਰ ਤੇ ਦੇਖ ਚਲਾ ਕੇ 347 ਘੰਟਾ ਚੱਲ ਗਿਆ, 347 ਐਤਕੀ ਇਤਕੀ ਚੱਲ ਗਿਆ, ਸਾਲ ਚ ਜਣੀ 500 ਘੰਟਾ ਚੱਲੀ ਜਾਵੇ ਬਹੁਤ ਹੈ ਨਾ, ਪਿੱਛੇ ਸੀ ਉਹ ਆਪਾਂ ਜਿਹੜੇ ਵਾਪਸ ਕਰੇ ਸੀ 600 ਘੰਟਾ ਚੱਲ ਗਿਆ, ਉਹ ਵੀ ਹੈਨਾ। ਇਹ ਵੇਟ ਬੂਟ ਆਪ ਲਵਾਏ ਤੇ, ਉਹ ਤਾਂ 12 ਫੁੱਟ ਚਾਹੀਦਾ, ਉਹ ਤਾਂ ਇੰਨੇ ਚਲਾਇਆ ਵੀ ਤਾਂ ਜਿੰਨਾ ਹੀ ਚੱਲ ਗਿਆ, ਇਹਨੂੰ ਵੇਟ ਬੂਟ ਨਾਲ ਆਏ ਤੇ, ਇਹਦੇ 4 ਪਾਏ ਸੀ, 4 ਆਪਣੇ ਨਾਲ ਆਏ ਤੇ, ਅਸੀਂ 4 ਪਲੇਟਾਂ ਤੁਸੀਂ ਹੋਰ ਪਾਈਆਂ ਫਿਰ ਇਹਦੀ। ਤੇ ਅੱਜ ਹੁਣ ਆਪਾਂ ਕਿਹੜੀ ਪਨੀਰੀ ਪੱਟਣੀ ਆ, 26 ਆ, ਅੱਛਾ ਜੀ ਆ ਮਸ਼ੀਨ ਨਾਲ ਬੀਜੀ ਆ, ਆ ਮਸ਼ੀਨ ਵਾਲੀ ਆ ਹਨਾ, ਉਹ ਕਰਾਂ ਹੱਥਾਂ ਦਾ ਉਹ ਕਰਾਂ ਬੰਦੇ, ਆ ਸਾਰੀ ਮਸ਼ੀਨ ਵਾਲੀ ਹੋ ਆ ਪੌਦ, ਠੀਕ ਹੈ ਉਹ ਵੀ ਮਸ਼ੀਨ ਵਾਲੀ, ਜਿਹੜੀ ਮਸ਼ੀਨ ਨਾਲ ਪੌਦ ਬੀਜਦੇ ਆ, ਇਹਦਾ ਪ੍ਰੋਸੈਸ ਦੱਸੋ ਮਾਮੇ, ਜਿਹੜਾ ਲਿਫਾਫਾ ਜਿਹਾ ਵਿਛਾਇਆ ਤੁਸੀਂ, ਇਹ ਕੀ ਸਿਸਟਮ ਹੈ ਜਗਾੜ, ਇਹ ਮਸ਼ੀਨ ਨਾਲ ਬੀਜਦਾ ਇਹ, ਅੱਛਾ ਹਾਂ ਮਸ਼ੀਨ ਕਰਦੀ, ਮਸ਼ੀਨ ਨਾਲੇ ਬਾਲ ਘਰਦਾ, ਮਸ਼ੀਨ ਅਗਲੇ ਬੀਜਦੀ, ਮਸ਼ੀਨ ਮਤਲਬ ਮਿੱਟੀ ਵੀ ਝਾੜਦੀ ਹੈ, ਮਿੱਟੀ ਝਾੜਦੀ ਸਾਰਾ ਕੁਝ ਆਪੇ ਕਰਦੀ ਆ ਉਹ, ਜਣੀ ਬੀਜ ਆਏ ਨਹੀਂ ਆ ਵੀ, ਜਿਵੇਂ ਆਪਾਂ ਭਿਉਂ ਕੇ ਪਨੀਰੀ ਬੀਜਦੇ ਆ, ਪੁੰਗਲੇ ਵੀ ਆਪੇ ਬਣਾਉਂਦੀ ਆ, ਸੁੱਕੇ ਕਰਕੇ ਤਾਂ ਤਿਰ ਗਿਆ ਦੇਖ, ਜਦੋਂ ਪਾਣੀ ਦਿੱਤਾ ਹਲੇ ਦਲੇ ਜਾ ਤਾਂ ਹੀ ਹੋ ਗਿਆ ਜਾਦੀ, ਅੱਛਾ ਆ ਹੁਣ 26 ਆ ਪੱਟਣੀ ਇੱਧਰ ਤੇ, ਹੈਨਾ ਠੀਕ ਹੈ, ਆ ਵਿੱਚ ਕੀ ਆ ਲੈਣਾ ਜਿਹੜੀ ਦੂਜੇ ਲੋਟਾ, ਆ ਯੂਰੀਆ ਪੈਂਦਾ ਬਹੁਤਾ, ਮਾਜੀ ਸਭ ਦੀ ਅਲੱਗ ਅਲੱਗ ਡਿਊਟੀ ਆ, ਪਨੀਰੀ ਵਾਲੇ ਅਲੱਗ ਡਿਪਾਰਟਮੈਂਟ ਹੈ, ਇਹ ਹੈਗਾ ਉਹ ਲਵੀ ਉਹ ਲਵੀ
ਉਹ ਲੈ ਵੀ ਲੇਟ ਹੋ ਗਿਆ ਓਏ, ਉਹ ਲੈ ਵੀ ਲੇਟ ਹੋ ਗਿਆ, ਕੱਦੂ ਸੁੱਕ ਗਿਆ। ਅੱਛਾ ਫਰਮਾ ਜਾ ਕੱਲ ਆਇਆ ਹੈ, ਨਹੀਂ ਪਹਿਲਾਂ ਕਿਵੇਂ ਪੜ੍ਹਦੇ ਤੇ ਆਪਾਂ? ਅੱਛਾ ਸਾਨੂੰ ਦੱਸਦੇ ਸੀ ਗੰਨੇ ਵਾਲਾ ਦਾਤੂ ਆ ਲਿਆ ਦਿੰਦੇ। ਠੀਕ ਹੈ ਠੀਕ ਹੈ, ਚਾਕੂ ਚੁੱਕੂ ਜੇ ਤਿੱਖੀ ਲੈ ਵੀ ਕਰਦ ਲੱਗ ਗਿਆ ਸਾਰੇ ਤਿੱਖੀ ਕਰਨ। ਤੁਸੀਂ ਸਾਨੂੰ ਭਜਾਓਗੇ ਤਾਂ ਨਹੀਂ, ਸਾਨੂੰ ਭਜਾਓਗੇ, ਸਾਨੂੰ ਡਰਾਉਂਦੇ ਹੋ ਰਹੇ ਨੇ। ਅੱਛਾ ਇਹ ਬਸ ਇਹਨੇ ਬੈੱਡ ਦੀ ਚੜਾਈ ਆ ਹਨਾ, ਇੰਨੀ ਕੁ ਵੀ ਬਸ ਇੰਨੀ ਕੁ ਚੜਾਈ ਰਹੇ ਇਹ। ਇਹ ਫੁੱਟਦਾ ਜੀ ਫੁੱਟਦਾ? ਅੱਛਾ ਇਹ ਬਸ ਫੇਰੀ ਜਾਣਾ ਉੱਪਰ ਉੱਪਰ। ਇਹ ਐਸ ਲੋਟ ਗੋਗੀ ਚੋਟ ਚ ਉਹ ਠੀਕ ਹੈ ਜਾਣਗੇ, ਫਰਕ ਪੈਂਦਾ ਹੁਣ ਖੁਸ਼ ਹੋਣੇ ਬਸ ਹੈਡਾਂ ਵਾਲੀ ਕਿਨਾਰੀਆਂ ਵੀ ਬਣਾਉਣੀਆਂ ਪੈਂਦੀਆਂ ਹੈ। ਆਪਣੇ ਤਾਂ ਖੁੱਲਾ ਕੱਫਾ ਜੀ ਚਾਹੀਦਾ, ਟਰੇ ਟਰੇ ਗੱਲੀ ਪਾ ਕੇ ਰੱਖਿਆ ਟਰੇਆਂ ਨਾਲ ਠੀਕ ਹੈ, ਲੰਬਾਈ ਇਧਰ ਨੂੰ ਚੜਾਈ ਜਿਆਦਾ ਉਹ ਟਰੇ ਛੁੱਟੀ ਲੈ ਜਾਂਦੀ ਹੈ। ਮਾਮਾ ਜੀ ਤੁਸੀਂ ਕਿਆ ਦੇਖ ਰਹੇ ਹੈ? ਮਸ਼ੀਨ ਦੀ ਕਰਾਵਾਂਗੇ ਫਿਰੇ ਬੰਦਿਆਂ ਤੇ ਕਰਾਵਾਂਗੇ ਆਪਾਂ ਟਰਾਲੀਆਂ ਤੇ। ਲਓ ਜੀ ਕੰਮ ਚੱਲ ਰਿਹਾ ਪੂਰਾ ਜ਼ੋਰਾਂ ਸ਼ੋਰਾਂ ਨਾਲ, ਹੈਨ ਗੋਗੀ ਉਹਨਾਂ ਮੰਗ ਪੀਸ ਕੱਟ ਕੱਟ ਕੇ ਆਉਣੇ ਜਿਵੇਂ ਬਰਫੀ ਦਾ ਪੀਸ ਨਹੀਂ ਹੁੰਦਾ। ਅੱਛਾ ਜੀ ਵੀ ਠੀਕ ਹੈ, ਇਹ ਹੁਣ ਕਿੰਨੇ ਹੋ ਗਏ ਲਾਈਨ 'ਚ? ਚਾਰ ਤਿੰਨ 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 ਲਓ ਜੀ ਮਾਮਾ ਵੀ ਅਸੀਂ ਕੰਮ ਲਾ ਲਿਆ ਨਾਲ, ਚਾਰ ਹੋ ਗਏ ਇੱਕ ਥੱਲੇ ਨਹੀਂ ਹੋ ਗਿਆ, ਨਹੀਂ ਚਾਰ ਤਾਂ ਹੋ ਗਏ ਜਣੋ ਤਿੰਨ ਲੱਗ ਰਹੇ, ਮਤਲਬ ਤਿੰਨ ਲੱਗ ਰਹੇ ਲਾਈਨ 'ਚ, ਐਂ ਕਰਕੇ ਲਾਉਣੇ। ਲਓ ਵੀ ਮਾਮਾ ਚੱਲਿਆ ਹੁਣ ਅੱਧ ਵਿਚਾਲੇ ਛੱਡ ਕੇ ਤੇ ਹੁਣ ਲੱਦਦੇ ਅਸੀਂ ਪਨੀਰੀ। ਫਿਰ ਮੋਟੂ ਤਾਂ ਨਹੀਂ ਆਇਆ ਆਪਣਾ? ਟਰੇਆਂ ਨਾਲ ਤੇ ਕਿਉਂਕਿ ਕੰਮ ਛੇਤੀ ਨਹੀਂ ਪੜਦਾ ਇਹਦੇ ਨਾਲ, ਟਰੇਆਂ ਚ ਆਇਆ ਵੀ ਪੱਟ ਪੱਟ ਕੇ ਰੱਖੀ ਚੱਲ ਬਸ ਪੱਟ ਪੱਟ ਕੇ ਟਰੇ। ਹਾਂ ਜੀ ਟਰੇ ਮਹਿੰਗੀ ਪੈਂਦੀ ਜੇ ਸਬਸਿਡੀ ਆਈ। ਹਾਂ ਜੀ ਹਾਂ, ਜਿਹੜੀ ਦੋ ਕੁ ਦਿਨ ਪਨੀਰੀ ਵਾਲਾ ਗਲ ਜਵੇ ਵਿੱਚ ਪੂਰਾ, ਤਵੀਆਂ ਨਾਲ ਕੱਦੂ ਰਿਹਾ ਵਿੱਚ ਦੱਬ ਦਿੰਦੀਆਂ ਤਵੀਆਂ। ਹਾਂ ਜੀ ਬੜਾ ਰਿੜ ਕੇ ਬਾਹਰ ਕੱਢ ਹੁੰਦਾ ਪੱਤੇ ਦੇ ਪੱਤੇ, ਹਾਂ ਪਨੀਰ ਦੇ ਸਾਰੇ ਕੱਚ ਰਿਹਾ। ਬਸ 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 ਤੂੰ ਕਦੇ ਦੇਖ ਲਈ ਜੇ ਤੁਸੀਂ ਕਰਨਾ ਕੱਦੂ ਦੇ ਨਾਲ ਗਲ ਕੇ ਪਨੀਰੇ ਕਰ ਤਵੀਆਂ ਨਾਲ, ਤਵੀਆਂ ਨਾਲੇ ਕਰਦੇ ਹਾਂ ਜੀ ਅਸੀਂ। ਆਹ ਤਾਂ ਹੈ ਵੀ ਰੋਟੀ ਵਿੱਚ ਸਾਰਾ ਦੋ ਕੱਚ ਰਿਹਾ ਪਾ ਕੇ, ਇਹ ਤਾਂ ਹੈ ਵੀ ਫਰਕ ਹੈ। ਹੁਣ ਮਾਮਾ ਜੀ ਉਹ ਨਹੀਂ ਕਹਿੰਦੇ ਅਸੀਂ ਪਨੀਰੀ ਵਾਲਾ ਅਤੇ ਮੱਕੀ ਵਾਲਾ ਜਿਹੜੇ ਦੋ ਤਿੰਨ ਕਿੱਲੇ ਰਹਿ ਜਾਂਦੇ ਵੀ ਇਹ ਅਸੀਂ ਲੇਬਰ 'ਤੇ ਲਵਾਵਾਂਗੇ, ਕਿਉਂਕਿ ਮੱਕੀ ਵਾਲੀ ਜਿਹੜੀ ਉਹ ਪਖਾਮੀ ਹੈ ਨਾ ਤਾਂ ਉਹਦੇ ਜਿਹੜੇ ਡੱਕੇ ਹੁੰਦੇ ਕਹਿੰਦੇ ਉਹ ਤੰਗ ਕਰਦੇ ਆ, ਲਾ ਤਾਂ ਦਿੰਦੀ ਆ ਮਸ਼ੀਨ ਪਰ ਜਣੀ ਲੇਬਰ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਕਰ ਦਿੰਦੀ ਜਿਵੇਂ ਪਨੀਰੀ ਵਾਲੇ 'ਚ ਹੋਇਆ ਹੈ ਨਾ। ਸ਼ਾਮ ਦਾ ਟਾਈਮ ਹੋ ਗਿਆ ਦੇਖੋ ਟਰਾਲੀ 'ਚ ਲੋਡ ਕਰ ਰਹੇ ਹਾਂ ਅਸੀਂ, ਗਰਮੀ ਦੇਖੋ ਚੋਪਰਾਂ ਦਾ ਕਹਿੰਦੇ ਜ਼ੋਰ ਪਤਾ ਲੱਗ ਰਿਹਾ ਅੱਜ, ਚੋਪਰਾਂ ਨੂੰ ਉਈ ਭਿੱਜੇ ਰਹਿੰਦੇ ਜੇ ਕੰਮ ਕਰਨ, ਚੋਪਰਾਂ ਦਾ ਉਈ ਬੀਪੀ ਹਾਈ ਰਹਿੰਦਾ ਹੈ, ਚੋਪਰਾਂ ਦੀ ਗੱਡੀ ਲਾਲ 'ਚ ਰਹਿੰਦੀ ਹੈ ਬਸ। ਚੋਪਰਾਂ
ਉੱਪਰ ਗੱਡੀ ਠੰਡੀ ਕਰ ਲੈ। ਇਹਨੇ ਵੀ ਸੂਈ ਚੱਕ ਲਈ ਅੱਜ, ਪਹਿਲੀ ਵਾਰੀ ਚੱਕੀ ਆ ਬਹੁਤ ਟਾਈਮ ਬਾਅਦ। ਜਿਹੜੀ ਪੀਲੀ ਪੀਲੀ ਜਿਹੀ ਹੋ ਗਈ, ਇਹ ਕਿਵੇਂ ਹੋ ਗਈ? ਆ ਫੁੱਕ ਗਈ, ਆ ਪਈ ਸੁੱਕ ਗਈ। ਅੱਛਾ ਸੁੱਕ, ਅੱਛਾ ਪੱਟੀ ਕੇ ਰੱਖੀ ਵੀ ਸੀ, ਪੱਟੀ ਰੱਖੀ ਸੀ ਨਾ। ਪਾਣੀ ਨਾ ਪਿਆ ਤਾਂ ਕੱਲੇ ਭਰੀ ਆ ਨਾ। ਉਧਰ ਭਰੀ ਦੀ ਆ ਨਾ, ਜਿਹਨਾਂ ਪਹਿਲਾਂ ਭਰੀ ਉਧਰ। ਜਿਹੜੀ ਮਸ਼ੀਨ ਨੇ ਜਦ ਇਹ ਬੀਜਣੀ ਆ, ਡਲੀਆਂ ਬਾਹਰ ਕੱਢ ਦੇਣੀਆਂ। ਇੱਕ ਇਹ ਦੇਖ, ਇਹ ਜੇ ਆਹ ਪਨੀਰੀ ਦਾ ਜੇ ਪੱਟਣੀ ਆਪਾਂ ਨੇ ਨਾ, ਜੋ ਪੱਟਣੀ ਆ ਮੰਨ ਲਾ ਅੱਜ ਜਾਂ ਕੱਲ ਨੂੰ ਪੱਟਣੀ ਆ, ਇਹਨੂੰ ਕੱਲ ਪਾਣੀ ਲਾ ਇੱਕ ਦਿਨ ਪਹਿਲਾਂ। ਇੱਕ ਦਿਨ ਪਹਿਲਾਂ ਤੁਹਾਡੇ ਇੱਥੇ ਪਾਣੀ ਖਾ ਜਾਂਦਾ, ਪਰ ਅਸੀਂ ਵੀ ਛੋਟੀ 'ਚ ਬੀਜਾਂਗੇ, ਉਹਨੂੰ ਡੱਕ ਡੁੱਕ 'ਚ ਤਾਂ ਆਪਣੀ ਜਮਾਂ ਵੀ ਡੱਕ ਰਿਹਾ। ਦੋ ਦਿਨ ਪਹਿਲਾਂ ਪਾਣੀ ਲਾ ਲਾ, ਪੀਲਕੇ 'ਚ ਵਧੀਆ ਰਹਿੰਦੀ ਆ। ਪੀਲਕੇ 'ਚ ਮਿੱਟੀ 'ਚ ਆਪਣੇ ਤਰ੍ਹਾਂ ਤਰ੍ਹਾਂ ਦੀ ਮਿੱਟੀ ਹੋ ਗਈ, ਪੀਲਕਾ ਵੀ ਹੋ ਗਿਆ, ਕਾਲੀ ਮਿੱਟੀ ਵੀ, ਕਾਲੀ ਮਿੱਟੀ ਵੀ। ਕਿੱਡੀ ਬੜੀ ਲਾਈਨ ਜਾਂਦੀ ਹੈ, ਲਾਈਨ ਬੜੀ ਜਾਂਦੀ ਹੈ, ਟ੍ਰੇਨ ਦੀ ਛੋਟੀ ਹੁੰਦੀ ਹੈ, ਫਿਰ ਉੱਥੇ ਚੱਕਰ ਪੈਂਦਾ, ਮਤਲਬ ਨਿਬੜਦਾ ਘੱਟ ਹੈ। ਤੇ ਹੁਣ ਪਨੀਰੀ ਲੱਦ ਕੇ ਚੱਲਣਾ ਘਰ ਨੂੰ ਅਸੀਂ ਨੇ, ਇਹਦੇ ਪਰ ਛਿੜਕਾਂਗੇ ਪਾਣੀ ਫਿਰ, ਤੇ ਉਸ ਤੋਂ ਬਾਅਦ ਕੱਲ੍ਹ ਨੂੰ ਸਵੇਰੇ ਆਉਣੀ ਆ ਮਸ਼ੀਨ, ਸਵੇਰੇ ਲਵਾਈ ਹੋਊਗੀ ਇਹਦੀ। 80 ਟਰੇਆਂ ਦੇ ਹਿਸਾਬ 80 ਇਹਨਾਂ ਦੇ ਨਾਮ ਨੂੰ ਲੈ ਜਾਣੀ ਆਪਾਂ ਨੇ, ਹੈ ਨਾ ਕਿਉਂਕਿ ਕੋਚ ਸਾਹਿਬ ਆਪ ਅੱਗੇ ਹੋਏ ਆ ਗੋਗੀ, ਤਾਂ ਉਹ ਘੱਟ ਕਰ ਦੇਣੀ ਤਾਂ ਉਹ ਫਰਮਾ ਛੋਟਾ ਰਹਿ ਰਿਹਾ ਤੇਰਾ। ਇਹ ਫਿਰ ਜਿਵੇਂ ਮਤਲਬ ਛੋਟਾ ਰਹਿ ਜਾਂਦਾ, ਮਸ਼ੀਨ ਮਿਸ ਕਰ ਦਿੰਦੀ ਉਹਨਾਂ ਤੋਂ ਫਿਰ। ਅੱਛਾ ਜੀ, ਟੌਂਕ ਰਹਿਣ ਲੱਗ ਜਾਂਦਾ ਆਹ ਜਦੋਂ ਉਹਨੇ ਖਾਲੀ ਚੱਲਣਾ। ਪੂਰਾ ਪੂਰਾ ਰੱਖੀ ਇਹਨੂੰ, ਸਵੇਰੇ ਕਿੰਨੇ ਕੁ ਵਜੇ ਦਾ ਰੱਖੀ ਪ੍ਰੋਗਰਾਮ? ਊਂ ਡਰਾਈਵਰ ਤੁਹਾਡੇ ਕਿੰਨੇ ਕੁ ਵਜੇ ਉੱਠ ਖੜਦੇ ਸਵੇਰੇ? ਉਹ ਗੋਗੀ ਵੱਡੀ ਨਹੀਂ ਤਾਂ ਚੰਗੀ ਤਰ੍ਹਾਂ। ਅੱਛਾ ਜੀ, ਇਹ ਵੀ ਕੱਲ੍ਹ ਕੱਲ੍ਹ ਆਈ ਜੀ ਤੁਹਾਡੇ ਕੋਲ ਇਹ? ਇਹਦਾ ਵੈਸੇ ਵਧੀਆ ਨਜ਼ਾਰਾ ਹੈ ਨਾ, ਇਹਦਾ ਐ ਵੀ ਪੂਰੀ ਫਿਰ ਇਹਦੇ ਚ ਵੇਸਟ ਵੀ ਨਹੀਂ ਹੁੰਦੀ ਪਨੀਰੀ ਇੰਨੀ, ਪੂਰਾ ਪੂਰਾ ਫਰਮਾ ਕੱਟਿਆ ਜਾਂਦਾ ਹੈ ਨਾ। ਅੱਛਾ ਜੀ, ਹਾਂ ਇਹ ਤਾਂ ਵਿੱਚ ਹਾਂ ਟੇਢਾ ਵਿੰਗੀ ਕਰ ਦਿੰਦਾ। ਕਿਆ ਕਹਿੰਦਾ ਕਿਉਂਕਿ ਰੱਖ ਦੇ ਨਜ਼ਾਰਾ ਸਲੂਣੀ ਜੀ। ਅੱਛਾ ਲਓ ਵੀ ਆ ਗਈ 4x4 ਉਹ ਸਲਿੱਪ ਲੱਗ ਗਈ ਮਾਰਨ ਸਲਿੱਪ। ਮਾਰ
ਨਾ ਮੂਦੇ ਅੱਜ ਫਿਰ ਰੱਖ ਲੈ ਇਹ ਖੇਤ ਚ ਆ ਚੜਾਈ ਇਹਦੀ। ਹੋਰ ਸੁਣਾਓ ਠੀਕ ਠਾਕ? ਬਸ ਸੂਰੀ ਕਢਾ ਲਓ ਇੱਥੋਂ ਹੀ ਬਣਾ ਦਿੰਦੇ ਟਰਾਲੀ ਚੋਂ। ਹੋਰ ਸੁਣਾਵਾ ਮੈਂ ਠੀਕ ਠਾਕ? ਹੋਰ ਸੁਣਾਓ ਠੀਕ ਠਾਕ? ਸਵੇਰੇ ਆ ਜਾਓ ਫਿਰ ਹਾਂ ਟਾਈਮ ਨਾਲ। ਸਵੇਰੇ ਸਾਜਰੇ ਤੁਰ ਪਿਓ, 4 ਵਜੇ ਤੁਰ ਪਿਓ ਸਾਈ ਤੇ। ਸਾਈ ਤਾਂ ਨਹੀਂ ਫੜਨੀ, ਸਾਈ ਤਾਂ ਨਹੀਂ ਫੜਨੀ। ਕੰਮ ਖਾਸ ਹੈ, ਕੰਮ ਖਾਸ ਹੈ ਸਾਡਾ। ਕੀਲਾ ਲਾਉਣਾ 7 ਕਿਲੋ ਲਾਇਆ ਦੀ ਲੱਖ ਵੀਰੇ। ਬਸ ਆ ਤੁਹਾਡੇ ਆ 2 ਰੁਪਏ ਆ ਤੁਹਾਡੇ, 21 ਹੋਰ ਲੈ ਲਿਓ। ਹਾਂ ਵੀਰ ਨੇ ਅੱਜ ਦੋ ਜਣੇ ਨੇ ਪਨੀਰੀ ਪੱਟ ਕੇ 8 ਕਿਲੋ ਲਾਉਂਦੇ। ਕਿਹਨਾਂ ਨੇ ਹੋਰ ਖਰਾਬ ਕਰਦੇ ਜੋ ਅੱਛਾ ਉਥੋਂ ਲੈ ਕੇ ਆਏ ਤੇ ਫਰਾਈਡ ਪੱਟ ਕੇ ਲੈ ਮਸ਼ੀਨ ਲੱਖਣਾ ਕੇ ਲੈ ਮਸ਼ੀਨ ਡਿਊਟੀ ਉਧਰ ਮੈਂ ਦੇਖਿਆ ਬਹੁਤ ਸਪੀਡ ਵੱਟੀ ਵੀ ਸੀ ਪਰਸੋਂ, ਕਾਲੇ ਮਾਮੇ ਨੇ ਸਟੇਟਸ ਪਾਇਆ ਪਤਾ ਉਹ ਫਿਰਚੀ ਬਣਾਈ ਪਈ ਸੀ ਪਿੱਛੇ ਵਾਲੇ ਦੀ। ਬੰਦੇ ਨੇ ਵੀਡੀਓ ਭੱਜ ਲਈ ਰੁਕਣੀ ਪਈ ਆਪਾਂ ਤੇ ਪਤਾ ਵੀ ਨੀ ਕਲੱਚ ਬ੍ਰੇਕਾਂ ਕਿਹੜੀ ਹੈ। ਇਹ ਬੰਦ ਹੋ ਜਾਂਦੀ ਬ੍ਰੇਕ ਮਾਰੀ ਤੇ? ਅੱਛਾ ਇਹ ਨਹੀਂ ਹੁੰਦੀ ਬ੍ਰੇਕ ਮਾਰਨ ਦੀ ਤਾਂ ਲੋੜ ਹੀ ਨਹੀਂ, ਆਪਣੇ ਜਾਮ ਹੋ ਜਾਂਦੇ ਤਾਂ ਬੰਦੇ ਨੂੰ ਗਿਰ ਦੂਗੀ ਇਹ ਸਟੈਂਡ ਤੇ ਖੜਾ ਹੋਵੇ। ਪਰਸੋਂ ਗਿਰਤਾ ਤਾਂ ਮੈਨੂੰ ਕੱਲ ਪੂਲੀ ਲਾ ਲੈ ਨਾ ਨਾ ਪੀਓ 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 ਬਸ ਯਾਰ ਕੀ ਨਹੀਂ ਕਰਦਾ ਜੀ। ਅੱਜ ਤਾਂ ਵਧੀਆ ਕੰਮ ਕਰਤਾ, ਅੱਜ ਤਾਂ ਤੁਸੀਂ ਫੇਂਟ ਫੇਂਟ ਰੱਖਿਆ ਪਿਆ। ਸਵੇਰੇ ਕਿੰਨੇ ਕੁ ਵਜੇ ਤੁਰੂਗੇ ਤੁਸੀਂ? ਆਹ ਫੜਾਉਂਦੇ ਹਾਂ ਅਸੀਂ ਤੁਸੀਂ 7 ਕੁ ਵਜੇ ਤੱਕ ਆ ਜਾਓਗੇ, 8 ਵਜੇ ਤੱਕ ਬਸ ਠੀਕ ਅਸੀਂ ਗਰੀਸ ਕਰਕੇ ਚੜਾ ਕੇ ਮਸ਼ੀਨ, ਹੁਣ ਮਸ਼ੀਨ ਉੱਪਰ ਤਾਂ ਚੜਾਉਣੀ, ਹੁਣ ਇੱਕ ਨੇ ਜਾਊਗੀ ਧੋਣੀ ਆ ਜਾ ਕੇ ਪਹਿਲਾਂ। ਅੱਛਾ ਜੀ ਰੋੜ ਕੇ ਲੈ ਜਾਣੀ ਆਏ ਹੋ? ਆ ਲੰਬਿਆਂ ਦਾ ਫਾਇਦਾ ਹੈ ਨਾ, ਟੁੱਟੇ ਟੁੱਟੇ ਅੱਛਾ ਟੁੱਟੇ ਜ਼ਿਆਦਾ ਠੀਕ ਲੱਗਿਆ ਨੇ ਯਾਰ।